ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਲੁਧਿਆਣਾ ਵਿੱਚ ਬੀਤੇ ਸ਼ਨੀਵਾਰ ਵਾਪਰੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਦਾ ਕੁਝ ਵਹਿਸ਼ੀ ਦਰਿੰਦਿਆਂ ਵੱਲੋਂ ਸੁਨਸਾਨ ਜਗ੍ਹਾ ਤੇ ਪ੍ਰੇਮੀ ਜੋੜੇ ਨੂੰ ਬੰਦਕ ਬਣਾ ਕੇ ਅੰਜਾਮ ਦਿੱਤਾ ਗਿਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਦੋਸ਼ੀਆਂ ਵਿੱਚ ਦੋ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਰ ਦਬੋਚਣ ਲਈ ਪੁਲਿਸ ਦੀਆਂ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜਗਰਾਓ, ਖੰਨਾ, ਨਵਾਂਸ਼ਹਿਰ, ਲੁਧਿਆਣਾ ਸਪੈਸ਼ਲ ਟੀਮਾਂ ਸ਼ਾਮਿਲ ਹਨ। ਉਸ ਤੋਂ ਬਾਅਦ ਅੱਗੇ ਜਾ ਕੇ ਇੱਛਿਆ ਜੋ ਮਾਈਕਰੋ ਹਾਈਡਲ ਪ੍ਰੋਜੈਕਟ ਲਗਾ ਹੋਇਆ ਹੈ ਵਹਾਂ ਸੇ ਅੱਗੇ ਜਾ ਕੇ ਟੂਵਰਡਸ ਡਾਊਨ ਸਟ੍ਰੀਮ ਉੱਥੇ ਇਹਨਾਂ ਨੂੰ ਇਹ ਮੁੰਡਿਆਂ ਨੇ ਅਸੋਲਟ ਕੀਤਾ। ਅਸੋਲਟ ਕਰਕੇ ਇਹਨਾਂ ਨੂੰ ਨਾਲ ਚਾਰ ਦੀਵਾਰੀ ਵਾਲਾ ਪਲੋਟ ਸੀ ਉੱਥੇ ਲਿਜਾ ਕੇ ਇਸ ਜੋ ਵੀ ਹੈ ਕੁਕਰਮ ਕੀਤੇ ਨੇ ਅਤੇ ਉਸ ਤੋਂ ਬਾਅਦ ਸਬਸੀਕੁਐਂਟਲੀ ਜਿਹੜਾ ਤੁਸੀਂ ਟੀ ਵੀ 'ਤੇ ਵੀ ਦੇਖਿਆ ਹੋਣਾ ਇਹਨਾਂ ਨੇ ਇਹਨਾਂ ਦੇ ਫਰੈਂਡ ਤੋਂ ਪੈਸੇ ਦੀ ਡਿਮਾਂਡ ਵੀ ਕੀਤੀ ਹੈ। ਤੋ ਇਹ ਜਿਹੜਾ ਸਾਰਾ ਕਰਨ ਤੋਂ ਬਾਅਦ 10 ਤਰੀਕ ਇਹ 9 ਤਰੀਕ ਨੂੰ ਵੇਟ ਕਰਦੇ ਰਹੇ ਨੇ। 10 ਤਰੀਕ ਨੂੰ ਇਹਨਾਂ ਨੇ ਨੈਚੁਰਲੀ ਐਡਾ ਵੱਡਾ ਹੁੰਦਾ ਤਾਂ ਬੱਚੇ ਅਤੇ ਬੱਚੀ ਦੇ ਮਨ 'ਤੇ ਬੋਝ ਹੁੰਦਾ, ਪੇਰੈਂਟਸ ਦਾ ਹੁੰਦਾ ਸਾਰਾ ਕੁਛ। ਤੋ ਸਬਸੀਕੁਐਂਟਲੀ ਸ਼ਾਮ ਨੂੰ ਇਹਨਾਂ ਨੇ ਅਪਰੋਚ ਕੀਤਾ ਹੈ ਆਪਣੇ ਪੁਲਿਸ ਸਟੇਸ਼ਨ ਦਾਖਾ ਨੂੰ। ਉੱਥੇ ਮੈਡਮ DSP ਨੇ ਹਰਕਮਲ ਔਰ SHO ਇਹਨਾਂ ਨੇ ਬਕਾਇਦਾ ਇਹਨਾਂ ਦੀ ਸਟੇਟਮੈਂਟ ਲਈ ਹੈ। ਸਟੇਟਮੈਂਟ ਲੈ ਕੇ 11:30 CHC ਸੁਧਾਰ ਫੋਰ ਮੈਡੀਕਲ ਲੈ ਕੇ ਗਏ, ਪਰ ਅਨਫੋਰਚੂਨੇਟ ਰਾਤ ਨੂੰ ਹੁੰਦਾ ਨਹੀਂ ਤਾਂ ਅਗਲੇ ਦਿਨ ਯੈਸਟਰਡੇ ਮੋਰਨਿੰਗ ਇਹ ਜਿਹੜਾ ਉੱਥੇ ਮੈਡੀਕਲ ਕਰਵਾਇਆ ਗਿਆ। ਉੱਥੇ ਜਦ ਮੈਡੀਕਲ ਚੱਲ ਰਿਹਾ ਸੀ ਉੱਥੇ ਮੈਂ ਵੀ ਗਿਆ, ਉੱਥੇ ਮੌਕੇ ਦੇ ਉੱਤੇ ਸਾਡੇ SSP ਵੀ ਸੀ, ਅਸੀਂ ਸਾਰਿਆਂ ਜਾ ਕੇ ਉੱਥੇ। ਉਸ ਤੋਂ ਬਾਅਦ ਡਾਕਟਰ ਦੀ ਪਰਮਿਸ਼ਨ ਦੇ ਨਾਲ ਜਾਂ ਉਹਨਾਂ ਨੇ ਦੱਸਿਆ ਵੀ ਸ਼ੀ ਇਜ਼ ਫਿਟ, ਠੀਕ ਹੈ ਜੀ, ਸ਼ੀ ਇਜ਼ ਅ ਬਰੇਵ ਗਰਲ ਐਂਡ ਸ਼ੀ ਵਿਲ ਕੋਆਪਰੇਟ ਐਂਡ ਸ਼ੀ ਵਿਲ। ਉਹਨਾਂ ਤੋਂ ਅਸੀਂ ਕਾਫੀ ਕਲੂਜ਼ ਵਾਈਟਲ ਐਵੀਡੈਂਸ ਸਾਰਾ ਉਹਨਾਂ ਤੋਂ ਗੱਲਬਾਤ ਸੁਣੀ, ਕਲੈਕਟ ਕੀਤਾ ਅਤੇ ਸਬਸੀਕੁਐਂਟਲੀ ਮੌਕੇ 'ਤੇ ਵੀ ਗਏ। ਮੌਕੇ ਤੋਂ ਟੈਕਨੀਕਲ ਜਿੰਨੀ ਵੀ ਹੁੰਦੀ ਹੈ ਉਹ ਕਲੂਜ਼ ਐਵੀਡੈਂਸ, ਹੋਰ ਵੀ ਫਿਜ਼ੀਕਲ ਐਵੀਡੈਂਸ ਸਾਰੇ ਕਲੈਕਟ ਕੀਤੇ
ਤੇ ਉਹਨਾਂ ਸਾਰਿਆਂ ਨੂੰ ਐਨਾਲਾਈਜ਼ ਕਰਕੇ ਹੋਲ ਨਾਈਟ ਕੱਲ ਦੀ ਰਾਤ ਸਾਡੀਆਂ ਪੁਲਿਸ ਪਾਰਟੀਆਂ, ਮੈਂ ਉਸ ਦਿਨ ਵੀ ਕਿਹਾ ਸੀ ਲੋਕਲ ਪੁਲਿਸ ਦੇ ਨਾਲ ਅਸੀਂ ਇਨ ਟੱਚ ਸੀ, ਤੇ ਕੱਲ ਰਾਤ ਅਸੀਂ ਸਾਰੀਆਂ ਆਪਣੇ ਆਲ ਓਵਰ ਤਿੰਨੇ ਚਾਰੇ ਜ਼ਿਲ੍ਹਿਆਂ 'ਚ ਜਿੱਥੇ ਜਿੱਥੇ ਸਾਨੂੰ ਕਲੂਜ਼ ਹੈਗੇ ਸੀ ਸ਼ਾਰਟਲਿਸਟ ਕੀਤੇ ਸੀ ਉੱਥੇ ਅਸੀਂ ਰੇਡ ਕੀਤੇ। ਉਹਨਾਂ ਦੇ ਉੱਤੇ ਰੇਡਸ ਦੇ ਵਿੱਚੋਂ ਅਨਫੋਰਚੁਨੇਟਲੀ ਜਿਹੜੇ ਲੋਕਲ ਕੀਤੇ ਸੀ ਉਹਨਾਂ ਦੇ ਵਿੱਚ ਸਾਡੀ ਕੋਈ ਜ਼ਿਆਦਾ ਸਕਸੈਸ ਨਹੀਂ ਸੀ। ਇੱਕ ਨਵਾਂਸ਼ਹਿਰ ਬੰਗਾ ਏਰੀਆ 'ਚ ਕੀਤਾ ਸੀ, ਉੱਥੋਂ ਸਾਨੂੰ ਸਾਦਿਕ ਅਲੀ ਨਾਂ ਦਾ ਮੁੰਡਾ ਮਿਲਿਆ ਸੀ ਜਿਸ ਨੇ ਸਾਰਾ ਅੱਜ ਸ਼ਾਮ ਨੂੰ ਮੈਂ ਦੱਸਦਾ ਸੀ ਇਹ ਕਲੀਅਰ ਕੀਤਾ ਸੀ। ਅਤੇ ਇਹ ਜਿਹੜਾ ਮੇਨ ਲੜਕੀ ਲੜਕੇ ਦੀ ਗੱਲਬਾਤ ਤੋਂ ਅਤੇ ਹੋਰ ਐਵੀਡੈਂਸ ਤੋਂ ਟੈਕਨੀਕਲ ਤੋਂ ਜਿਹੜਾ ਸਾਡਾ ਮੇਨ ਉੱਭਰ ਰਿਹਾ ਸੀ ਉਹ ਜਗਰੂਪ ਸਿੰਘ ਸਨੋ ਮਲਕੀਤ ਸਿੰਘ ਪਿੰਡ ਜਸਪਾਲ ਬਾਂਗਰ ਜੋ ਕਿ ਸ਼ਹਿਰ ਦੇ ਅੰਦਰ ਹੈ ਉੱਥੇ ਉਹ ਇਮਰਜ ਹੋ ਰਿਹਾ ਸੀ। ਇਹਦੇ ਲਈ ਸਾਡੀ ਪੁਲਿਸ ਪਾਰਟੀ ਅੰਡਰ ਜਗਦੀਸ਼ ਇੰਸਪੈਕਟਰ ਜਗਦੀਸ਼ ਅਤੇ DSP ਡੀ ਅਮਨਦੀਪ ਇਹਨਾਂ ਸਾਰਿਆਂ ਨੇ ਆ ਕੇ ਲੋਕਲ ਪੁਲਿਸ ਨੂੰ DCP ਸਾਹਿਬ ਨੂੰ ਅਤੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ। ਲੋਕਲ ਪੁਲਿਸ ਨੂੰ ਲੈ ਕੇ ਇਹਨਾਂ ਨੇ ਰੇਡਸ ਕਰੀਆਂ ਨੇ ਅਤੇ ਕਾਫੀ ਪ੍ਰੈਸ਼ਰ ਦਬਾਅ 'ਚ ਸਾਰਾ ਦਿਨ ਬਣਾ ਕੇ ਰੱਖਿਆ। ਉਹਦਾ ਐਂਡ ਰਿਜ਼ਲਟ ਇਹ ਹੋਇਆ ਕਿ ਸ਼ਾਮ ਨੂੰ ਲੇਟ ਈਵਨਿੰਗ ਥੋੜ੍ਹੀ ਦੇਰ ਪਹਿਲਾਂ ਜਿਹੜਾ ਜਗਰੂਪ ਸਿੰਘ ਪੁੱਤਰ ਮਲਕੀਤ ਸਿੰਘ ਹੈ ਉਹ ਜਦ ਪੁਲਿਸ ਪਾਰਟੀਆਂ ਘੁੰਮ ਰਿਹਾ ਤਾਂ ਉਹਨਾਂ ਨੂੰ ਲੋਕਲ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਪੇਸ਼ ਹੋ ਗਿਆ ਅਤੇ ਉਹਦੀ ਜਿਹੜੀ ਆ ਲੋਕਲ ਜਿਹੜੇ ਆਪਣੇ ਨੇ DCP ਸਾਹਿਬ ਅਤੇ ਇਹਨਾਂ ਸਾਰਿਆਂ ਅਤੇ ਸਰ ਜਦੋਂ ਇਤਲਾਹ ਮਿਲੀ ਹੈ ਤਾਂ ਉਸ ਤੋਂ ਬਾਅਦ ਇਹ ਸਾਡੇ ਜਿਹੜੇ ਇੰਸਪੈਕਟਰ ਜਗਦੀਸ਼ ਅਤੇ IO ਨੇ ਜਿਹੜੇ ਪਾਰਟੀ ਆਈਆਂ ਸੀ ਉਹਨਾਂ ਨੇ ਹੁਣ ਇਹਦੀ ਫੋਰਮਲੀ ਅਰੈਸਟ ਪਾ ਲਈ ਹੈ ਅਤੇ ਅਸੀਂ ਅਰੈਸਟ ਪਾ ਕੇ ਇਹਨੂੰ ਜਿਹੜਾ ਦਾਖੇ ਥਾਣੇ 'ਚ ਲਿਜਾ ਰਹੇ ਅਤੇ ਅੱਗੇ ਦੀ ਫਰਦਰ ਪੁੱਛ ਗਿੱਛ ਜਗਰੂਪ ਸਿੰਘ ਸਨੋ ਮਲਕੀਤ ਸਿੰਘ ਰਾਤ ਵੀ ਦਿਨੇ ਵੀ ਜੁਆਇੰਟਲੀ ਅਸੀਂ ਰੇਡਾਂ ਕਰ ਰਹੇ ਹਾਂ। ਹੁਣ ਸਾਰਾ ਦਿਨ ਦਾ ਪ੍ਰੈਸ਼ਰ ਪਿਆ ਹੋਇਆ ਸੀ, ਸ਼ਾਮ ਨੂੰ ਇਹ ਜਿਹੜਾ ਜਗਰੂਪ ਸਿੰਘ ਹੈ ਇਹ ਕੁਛ ਮੁਹਤਵਰ ਬੰਦਿਆਂ ਨੂੰ ਲੈ ਕੇ ਪੇਸ਼ ਹੋਇਆ। 30-32 ਸਾਲ ਹੈ ਅਤੇ ਯਾਰ ਹੁਣ ਮੈਨੂੰ ਪੂਰਾ ਕਰ ਲੈਣ ਤੋਂ ਫਿਰ ਆਪਾਂ ਕੰਮ ਕਰਾ ਦਿਆਂਗੇ ਕਾਕਾ। ਅਤੇ 30-32 ਸਾਲੇ ਦੀ ਏਜ ਹੈ ਇਹ ਜਿਹੜਾ ਪੇਸ਼ ਹੋਇਆ ਅਤੇ ਜਦ ਪੇਸ਼ ਹੋ ਗਿਆ ਸਾਡੀਆਂ ਪੁਲਿਸ ਪਾਰਟੀਆਂ ਨੇ ਇਹਦੀ ਫੋਰਮਲੀ ਉੱਥੇ ਅਰੈਸਟ ਪਾ ਲਈ ਹੈ ਅਤੇ ਨਾਓ ਹੀ ਇਜ਼ ਅੰਡਰ ਅਰੈਸਟ ਅਤੇ ਲੈ ਕੇ ਹੁਣ ਉਹਨੂੰ ਅਸੀਂ ਆਪਣੇ ਇਹਨਾਂ ਦੇ ਹਵਾਲੇ ਜਿਹੜੇ ਨੇ IOL ਲੈ ਕੇ ਜਾ ਰਿਹਾ ਜਗਰਾਉਂ ਜਾ ਕੇ ਇਹਦੀ ਫਰਦਰ ਅੱਗੇ ਪੁੱਛ ਗਿੱਛ ਕਰਾਂ। ਹੁਣ ਸਵਾਲ ਪੁੱਛੋ, ਦੇਖੋ ਸਾਡੀ ਜਿਹੜੀ ਸਾਦਿਕ ਅਲੀ ਦੀ ਪੁੱਛ ਗਿੱਛ ਸੀ, ਜੋ ਸਾਦਿਕ ਅਲੀ ਕੀ ਪੁੱਛ ਗਿੱਛ ਸੀ ਉਹਦੀ ਪੁੱਛ ਗਿੱਛ ਨੇ ਇਹ ਚੀਜ਼ ਆਈ ਸੀ ਕਿ 6 ਲੋਕ ਹੈ, ਹੁਣ 6 ਲੋਕ ਮੈਂ ਸਬਸੇ ਨਾਮ ਉੱਪਰ ਜਗਰੂਪ ਸਿੰਘ ਕਾ ਥਾ, ਉਸਕੇ ਬਾਅਦ ਅਜੇ ਕੁਮਾਰ ਹੈ ਅਲੀਅਸ ਬ੍ਰਿਜ ਨੰਦਨ, ਉਸ ਤੋਂ ਬਾਅਦ ਸੈਯਦ ਅਲੀ ਹੈ, ਦੈਨ ਸੁਰਮਾ ਹੈ ਐਂਡ ਏਕ ਅਨਨੋਨ ਹੈ। ਤੋ ਇਨ ਸਭੀ ਕੋ ਆਈਡੈਂਟੀਫਿਕੇਸ਼ਨ ਫਿਕਸ ਹੋਣੇ ਕੇ ਬਾਅਦ ਅਨਨੋਨ ਵੀ ਜੋ ਹੈ ਸੁਰਮਾ ਕਾ ਰਿਸ਼ਤੇਦਾਰ ਹੈ। ਤੋ ਉਸ ਤੋਂ ਬਾਅਦ ਅਭੀ ਹਮਾਰੇ ਪਾਸ ਸਾਦਿਕ ਅਲੀ ਦਿਨ ਮੇ ਪਕੜਾ ਗਿਆ ਥਾ ਔਰ ਅਭੀ ਯੇ ਨੈਕਸਟ ਅਰੈਸਟ ਜਗਰੂਪ ਸਿੰਘ ਕੀ ਹੋਈ ਹੈ। ਦੋ ਅਰੈਸਟ ਹੋ ਗਏ ਜੀ ਜਗਰੂਪ ਸਿੰਘ ਲੋਕਲ ਹੈ ਪੰਜਾਬੀ ਹੈ ਔਰ ਜੋ ਦੂਸਰਾ ਇੱਕ ਅਜੇ ਹੈ ਉਹ ਅਭੀ ਪਿਛਲੇ ਸਾਲ ਦੋ ਸਾਲ ਸੇ ਪਗੜੀ ਵਗੈਰਾ ਬੰਦ ਹੈ ਬਟ ਅਦਰਵਾਈਜ਼ ਗੋਂਡਾ ਡਿਸਟ੍ਰਿਕਟ ਕਾ ਹੈ ਫਰੋਮ UP ਏਰੀਆ। ਬਾਕੀ ਜੋ ਚਾਰੋਂ ਹੈ ਵੋ ਗੁਜਰ ਕਮਿਊਨਿਟੀ ਕੋ ਬਿਲੋਂਗ ਕਰਤੇ ਮਾਸਟਰ। ਦੇਖੋ ਐਸਾ ਅਭੀ ਤੱਕ ਜੋ ਪਹਿਲੇ ਵਾਲੇ ਨੇ ਬਤਾਇਆ ਇਸ ਤੋਂ ਅਭੀ ਪੁੱਛ ਗਿੱਛ ਕਰਨੀ ਹੈ ਪਰ ਜੋ ਹਮਾਰੇ ਪਾਸ ਲੜਕੇ ਔਰ ਲੜਕੀ ਕੇ ਕਨਵਰਸੇਸ਼ਨ ਮੇਂ ਜੋ ਹਮਨੇ ਉਨਸੇ ਇਨਫੋਰਮੇਸ਼ਨ ਡਿਰਾਈਵ ਕੀਆ ਹੈ ਉਸਕੇ ਮੁਤਾਬਕ ਇਸਕਾ ਹੀ ਨਾਮ ਲਿਆ ਜਾ ਰਹਾ ਥਾ ਜਗਰੂਪ ਸਿੰਘ ਕਾ, ਜਗਰੂਪ ਸਿੰਘ ਕਾ ਨਾਮ ਲਿਆ ਜਾ ਰਹਾ ਥਾ ਔਰ ਯੇ ਵੀ ਕਲਿੰਚਿੰਗ ਐਵੀਡੈਂਸ ਥਾ ਕਿ ਜਗਰੂਪ ਸਿੰਘ ਕੋ ਵਹਾਂ ਪੇ ਜੋ ਹਮੇ ਬਤਾਇਆ ਗਿਆ ਥਾ ਯੇ ਫਿਜ਼ੀਕਲ ਮਤਲਬ ਯੇ ਚੀਜ਼ ਇਨਵੈਸਟੀਗੇਸ਼ਨ ਕਾ ਪਾਰਟ ਹੈ ਜਬ ਹਮਨੇ ਯੇ ਹਮੇ ਹੈਲਪ ਮਿਲੀ ਕਲੂਜ਼ ਮਿਲੇ
जो उन्होंने कहा जी एक लड़की पाल पाल का या पायल हिंदी में पायल बोलते हैं पाल का फोन आ रहा था, तो हमें मालूम था हमने वोटर लिस्ट निकाल के गिल हल्के की हल्के की वोटर लिस्ट निकाली, वोटर लिस्ट में जगरूप की वाइफ का नाम जसपाल कौर है, तो वो पाल पाल हमने दीज आर सर्टेन थिंग जहाँ के हम इसके ऊपर पहुंचे हैं शिकंजा कसा। एक बात क्लियर कर दीजिए, 12 का नाम आ रहा था, अब आप कह रहे हैं 6 हैं। देखो मैं तो मेरी गल सुनो एक मिनट, मेरे पास उन्होंने जो बयान लिखाया है, मेरे पास नहीं मतलब जो हमारे आईओ को लड़की ने बयान लिखाया जी के नौ, उसने 9-10 बोला है, हमने कभी 12 नहीं बोला, उसने बोला कि 9-10 है, ठीक है, हमने जो उसका बयान था पूछ का उसकी पूछगिछ की है। उसके बाद रात को हमने कल जो स्केच वाले बुलाए थे दूर बाहर से, तो लड़की ने उसमें 6 स्केच बनवाए हैं, एक वो अलग है। उसके बाद आज जब हमने सादिक अली को पकड़ा है तो उसकी पूछगिछ में 6 ही लोग आए हैं टोटल, तो अभी हम आज अभी तक समझे, बाकी हूँ अभी देखो ये तो सिंगल, ये सिंगल वर्षन था, अभी जो सेकेंड वर्षन है ये आएगा, इससे क्लियर हो जाएगा कि अगर और एक्स्ट्रा है तो वो आप आ जाएंगे, अगर यही है तो फाइनलाइज हो जाएगा। हूँ आप सारे कढ़ते हैं, पर जो सादिक अली ने अभी तक बताया, देखो अभी तो इसको तो पूछगिछ करनी है, सादिक अली ने जो अभी तक बताया है, सादिक अली ने कह के मैं तो इतों इन्हों मेरी रिश्तेदारी है जेडे 3-4 ने सैयद सुरमा ते नाना, तो मैं तो इन्हों मिलन गिलन आना, तो यह मैंने कहते चलो तेन घुमा के लिया, जिस सादिक अली वर्षन, ठीक है। जगरूप देखिए, जगरूप जसपाल बांगर का है, अजय है वो टिब्बे का है, जगरूप बांगर जगरूप और अजय मित्र हैं, है जी। उस तो बाद टिब्बे के ही जो ये गुजर के मैंने बिलोंग करते हैं सैयद अली और सुरमे हैं, और आगे सुरमे वगैरह इसके कजन है सर, इन सब के सादिक अली के इनके आधार कार्ड बने हुए हैं जो गुजर कम्युनिटी यार है। अभी मैं अभी अभी ये नहीं बता रहा, पार्ट ऑफ इन्वेस्टिगेशन है, जरूर ढूंढ लेंगे क्रिमिनल कोड अभी खंगाल लेंगे, सादिक अली का तो कोई नहीं है, ये तो अभी देखते हैं। यार एक एक करके प्लीज, हल्का गिल वाली साइड तो हां जी बांगड़ जगह थोड़ी जी ज्यादा मशहूर हो गई है ना जी, जिहड़ी नहर है, नहर नू मतलब लोग हवाखोरी लई यार इस दे लई निकलदे नहीं उधर, हाले देखो सादिक अली इनको तो देखा नहीं, इसको अभी देखते हैं। अच्छा ये जो सैफ अली, आप बोल रहे पहले आपने बोला सैफ अली, अब आप कह रहे सैयद अली, ओ यार नाम बदल गया हुआ है, तो सैफ अली है, नहीं नाम सैफ अली है, ऐसे थोड़ी लिख देंगे, नाम सैफ अली है, नेम इज वेरी इंपॉर्टेंट, सैफ अली, सैफ अली सर। एक गुरप्रीत सिंह भी इससे वालदा है, उन्हें भी पुलिस ने पूछताछ ली, देखिए कल्ला गुरप्रीत नहीं, असली 18 बंदे चक्के सी, बीरमी इच्छेवाल बसामी आ पिंड है एक नेड़े, तो यह जे 3-4 पिंड जिन्हों का पुराना रिकॉर्ड से जोड़े रीसेंटली जेल चो आए ने, वो साडा फर्ज बनता से जे साडे को बाकी चीज़ा नहीं सी, जेड़े माड़े पिछले इन कामों च रहे ने उन्हें सारे बुला के उन्हें तहकीकात की है, पर जिस टाइम तो यह सारा क्लीयर हो गया सी, वो सारे अपने अपने घर भेजता गया। सर वुमन कमीशन ने आपको अप्रोच किए कोई? वुमन कमीशन को ने मुझे नहीं अप्रोच किया, पर जो स्टेट वुमन कमीशन के मैडम है उनका कल ही फोन आया था, उनको हमने बता दिया कि 17 नंबर FIR इतना ये दर्ज हो चुकी है और इसमें ये है, बट आज जो हमें बताया गया नेशनल वुमन कमीशन का DSP जो है हमारे हल्का और IO है इस केस के हरकमल, उनको थ्रू डिप्टी कमिश्नर इन्फॉर्मेशन मिली है, टमोरो ये अपनी रिपोर्ट जो भी आएंगे उनके ऑफिसर या जो भी हैं उनको मिलेंगे और अपनी ब्रीफिंग दे देंगे। नेशनल कमीशन वाले आएंगे कल? आए हुए हैं, प्रोवाइड में नहीं पता नहीं, पर उनको आया हुआ है, शी विल मीट देम टुमारो। सर मास्टरमाइंड पता लगे कुछ? मास्टरमाइंड हाले तक उन्हां दे मुताबिक तो ये है जगरूप सिंह ही है। ये ऑपोजिशन ये कह रही है कि बड़ा बड़ा पुलिस का वो था, सिर्फ एक ASI आपने सस्पेंड कर दिया, इसमें बड़ा अधिकारी कोई होना चाहिए था ऑपोजिशन, बड़ा तो फिर मेरे तो बनना था, इस रेंज च है नहीं कोई, तो जे तुसी समझदे हो भी मेरी इन्ना लेकी है तो मैं जरूर अपने आप नूं अर्पित कर देना, पर देखिए ऐसा है बड़े और छोटे की बात नहीं, जिसकी जहाँ जितनी भी थी उस आदमी को उन्होंने कंटेक्ट किया, पर डिस्पाइट दैट वो उनके साथ गया, हम ये समझते हैं कि उसकी ये नालायकी थी कि उसको अपने उच्च अधिकारी को बताना चाहिए था,
ਅਗਰ ਉਸਨੇ ਆਪਣੇ ਉੱਚ ਅਧਿਕਾਰੀ ਨੂੰ ਨਹੀਂ ਬਤਾਇਆ ਤਾਂ ਉਤਨਾ ਉਸਕੋ ਸੇਕ ਜ਼ਰੂਰ ਦੇ ਦਿਆ। ਸਰ ਤੁਹਾਨੂੰ ਲੱਗਦਾ ਨਹੀਂ ਇਹ ਬੈਲਟ ਉਹੀ ਹੈ ਈਸੇਵਾਲ ਅਤੇ ਸਾਊਥ ਸਿਟੀ ਜਿੱਥੇ ਬਲਰਾਜ ਡੀ ਐਸ ਪੀ ਬਲਰਾਜ ਦਾ ਵੀ ਹੈਗਾ ਹੈਗਾ ਅਸੀਂ ਮੈਂ ਮੇਰਾ ਮੇਰਾ ਕੀਤੀ ਸੁਰੱਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਦੇਖੋ ਸੁਰੱਖਿਆ ਇਹ ਹੈ ਕਿ ਦੇਖੀਏ ਈਸੇਵਾਲ ਬ੍ਰਿਜ ਤੱਕ ਕਮਿਸ਼ਨ ਰੇਟ ਹੈ ਉਸ ਤੋਂ ਬਾਅਦ ਜਗਰਾਓਂ ਹੈ ਠੀਕ ਹੈ ਇਹ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਉੱਥੇ ਤੱਕ ਲਾਈਟਾਂ ਨੇ ਉਸ ਤੋਂ ਬਾਅਦ ਲਾਈਟਾਂ ਹੀ ਨਹੀਂ ਹੈਗੀਆਂ ਹਨੇਰੇ 'ਚ ਜਾ ਕੇ ਜੇ ਮਤਲਬ ਅਨਫੋਰਚੁਨੇਟ ਪਾਰਟ ਇਹ ਹੈ ਨਾ ਜੀ ਕਿ ਮਤਲਬ ਜੇ ਇਹ ਤਾਂ ਇਹੀ ਕਹਿ ਸਕਦੇ ਹਾਂ ਬਦਕਿਸਮਤੀ ਹੈ ਵੀ ਉੱਥੇ ਜਾ ਕੇ ਕੋਈ ਬੰਦਾ ਰਾਤ ਨੂੰ 8:30 ਵਜੇ ਜਾਂਦਾ ਤਾਂ ਇਟਸ ਅਨਫੋਰਚੁਨੇਟ। ਅੱਜ ਵੀ ਉੱਥੇ ਕੁਝ ਗੱਡੀਆਂ ਘੁੰਮ ਰਹੀਆਂ ਸੀ ਕੁਝ ਲੋਕ ਜਿਹੜੇ ਨੇ ਉੱਥੇ ਲੜਕੀਆਂ ਲੜਕੇ ਜਿਹੜੇ ਆ ਪਾਰਟੀ ਵਿੱਚ ਦੇਖੋ ਮੈਂ ਬੱਚਿਆਂ ਨੂੰ ਦੇਖੋ ਇੱਥੇ ਫਰੀਡਮ ਹੈ ਆਪਣਾ ਆਪਣਾ ਸਾਰੇ ਕਰ ਸਕਦੇ ਨੇ ਗੱਲ ਤਾਂ ਇਹ ਹੈ ਕਿ ਸਾਡਾ ਫਰਜ਼ ਬਣਦਾ ਅਸੀਂ ਜਿੰਨੀ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕਰੀਏ ਯਾਰ ਮੈਂ ਉਹ ਦੇਖੋ ਉਹ ਉਹਨਾਂ ਦੀ ਮੌਜ ਮਸਤੀ ਮੈਂ ਰੋਕ ਨਹੀਂ ਸਕਦਾ ਅਸੀਂ ਤਾਂ ਸਿਕਿਉਰਿਟੀ ਦੇਖੋ ਸਾਡੇ ਉੱਤੇ ਨਾਕਾ ਲੱਗੇ ਤੁਸੀਂ ਦੇਖਿਆ ਹੋਣਾ ਮਾਈਕਰੋ ਹਾਈਡਲ ਦੇ ਉੱਤੇ ਸਾਡਾ ਨਾਕਾ ਲੱਗਿਆ ਅਨਫੋਰਚੁਨੇਟਲੀ ਕੀ ਹੈ ਕਿ ਪਹਿਲਾਂ ਸਾਡਾ ਨਾਕਾ ਉੱਥੋਂ ਅਗਲੇ ਪਾਸੇ ਚੱਗਰ ਹੈ ਜਿੱਥੋਂ ਹੰਬੜਾ ਤੇ ਉਹਦੀ ਕ੍ਰੋਸ ਕਰਦੀ ਹੈ ਜਿਹੜੀ ਉਹਨੂੰ ਸਾਡਾ ਨਾਕਾ ਉੱਥੇ ਹੁੰਦਾ ਸੀ ਇਹ ਜਗ੍ਹਾ ਡਾਰਕ ਸਪੋਟ ਰਹਿ ਗਿਆ ਲੱਗੇ ਹੋਏ ਆ ਜੀ ਹੁਣ ਵੀ ਪਾਰਟੀਆਂ ਗਈਆਂ ਹੋਈਆਂ ਨੇ ਮੇਰੀਆਂ ਪਾਰਟੀਆਂ ਹੁਣ ਮੈਂ ਤੁਹਾਨੂੰ ਬਹੁਤਾ ਕੀ ਦੱਸਦਾ ਇੰਟਰ ਸਟੇਟ ਤੱਕ ਵੀ ਗਈਆਂ ਹੋਈਆਂ ਨੇ ਅਵਰ ਪਾਰਟੀ ਦਾ ਦੇ ਆਰ ਇਨ ਅਦਰ ਸਟੇਟ ਦੇ ਆਰ ਇਨ ਅਦਰ ਡਿਸਟ੍ਰਿਕਟ ਹਾਂਜੀ ਦੇਖੋ ਮੇਰੇ ਮੈਂ ਮੇਰੇ ਕੋਲ ਖੰਨੇ ਦੀਆਂ ਵੀ ਇਸ ਟਾਈਮ ਚੱਲ ਰਹੀਆਂ ਨੇ ਹਾਂਜੀ ਫਿਰ ਮੇਰੇ ਕੋਲ ਕਿਨੋ ਆਪਣੇ ਤਿੰਨਾਂ ਚਾਰਾਂ ਰਫਲੀ ਅਰਾਊਂਡ 16-17 ਪਾਰਟੀਜ਼ ਲੈਡ ਬਾਏ ਡਿਫਰੈਂਟ ਜੀਓਜ਼ ਐਸਓਚਓ ਆਰ ਔਨ ਦੀ ਜੋਬ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।